ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮਲਕੀਤ ਸਿੰਘ ਪ੍ਰਧਾਨ ਮਨੀ ਮਾਜਰਾ ਵਪਾਰ ਮੰਡਲ ਕੀ ਕਹਿਣਾ ਚਾਹੋਗੇ ਸਰ ਅੱਜ ਪਬਲਿਕ ਹੈਲਥ ਦੀ ਟੀਮ ਉਰੇ ਆਈ ਸੀ ਸਾਡੀ ਮਾਰਕੀਟ ਅੱਜ ਦੱਸ ਕੇ ਗਈ ਹੈ ਗਿੱਲਾ ਸੁੱਕਾ ਹੈ ਕੂੜੇ ਬਾਰੇ ਵੀ ਕਿਸ ਤਰ੍ਹਾਂ ਦੁਕਾਨਦਾਰਾਂ ਰੱਖਣਾ ਹੈ ਔਰ ਪਲਾਸਟਿਕ ਦੇ ਉਹਦੇ ਵਾਸਤੇ ਵੀ ਦੱਸਿਆ ਇਹਨਾਂ ਨੇ ਕਿ ਕਿਹੜਾ ਪੈਕਿੰਗ ਯੂਜ ਕਰਨੀ ਹੈ ਸਾਰੇ ਅਸੀਂ ਦੁਕਾਨਦਾਰਾਂ ਨੂੰ ਮੈਸੇਜ ਦੇ ਰਹੇ ਹਾਂ ਸਾਰੇ ਦੁਕਾਨਦਾਰ ਵੀ ਰਹੇ ਹੈ ਮੈਕਸੀਮਮ ਕਸਟਮਰ ਤੁਹਾਡੇ ਕੋਲ ਪਲਾਸਟਿਕ ਦੇ ਲਿਫਾਫਿਆਂ ਦੇ ਵਿੱਚ ਤੁਸੀਂ ਦਿੰਦੇ ਹੋ ਤਾਂ ਕੀ ਕਹਿਣਾ ਸੀ ਹੁਣ ਹੈ ਹੀ ਹੈਗੀ ਹੁਣ ਇਸ ਤਰ੍ਹਾਂ ਹੈ ਹੁਣ ਆਟਰ ਟਾਈਮ ਕੋਈ ਚੀਜ਼ ਬੰਦ ਹੋ ਜਾਂਦੀ ਹੈ ਇੱਕਦਮ ਕੁਛ ਹੋਰ ਵੀ ਆਉਂਦਾ ਹੋਣਾ ਇਸ ਤੋਂ ਇਲਾਵਾ ਪਲਾਸਟਿਕ ਤੋਂ ਲੇਕਿਨ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਫਿਰ ਮਹਿੰਗਾ ਵੀ ਹੈ ਡੁਪਲੀਕੇਟ ਵੀ ਆ ਰਿਹਾ ਮਾਰਕੀਟ ਦੇ ਵਿੱਚ ਇਸ ਕਰਕੇ ਉਹ ਸਾਰਾ ਮੈਨੇਜ ਕਰਨਗੇ ਹੁਣ ਟਾਈਮ ਲੱਗੂਗਾ ਇਸ ਜਿਹੜਾ ਅਭਿਆਨ ਚਲਾਇਆ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਗਰ ਨਿਗਮ ਦੇ ਅਧਿਕਾਰੀ ਤਾਂ ਸਮੇਂ ਸਮੇਂ ਸਿਰ ਆਉਂਦੇ ਰਹਿੰਦੇ ਇੱਥੇ ਦੱਸਦੇ ਰਹਿੰਦੇ ਜਾਣਕਾਰੀ ਦਿੰਦੇ ਰਹਿੰਦੇ ਦੁਕਾਨਦਾਰਾਂ ਨੂੰ ਪਬਲਿਕ ਨੂੰ ਕੀ ਅਪੀਲ ਕਰੋਗੇ ਇਸ ਮਾਰਕੀਟ ਦੇ ਢਾਬੇ ਤੋਂ ਜ਼ਿਆਦਾ ਹੈ ਪਬਲਿਕ ਨੂੰ ਵੀ ਅਸੀਂ ਇਹ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਆਪਣਾ ਸਮਾਨ ਲੈ ਕੇ ਆਣ ਥੈਲੇ ਲਾਉਣ ਲੈ ਕੇ ਆਣ ਆਪਣੇ ਅੱਛਾ ਜੀ ਹਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨ ਵੀ ਆਪਣੇ ਜਿਸ ਤਰ੍ਹਾਂ ਪਹਿਲਾਂ ਸਬਜ਼ੀਆਂ ਲੈਣ ਲੋਕ ਜਾਂਦੇ ਸੀ ਕੱਪੜੇ ਥੈਲੇ ਲੈ ਕੇ ਜਾਂਦੇ ਸੀ ਹੋਰ ਸਮਾਨ ਲੈ ਕੇ ਜਾਂਦੇ ਸੀ ਆਪਣਾ ਕੈਰੀ ਕਰਨ ਵਾਸਤੇ ਲਿਆਉਣ ਹੁਣ ਪਲਾਸਟਿਕ ਦੇ ਲਿਫਾਫੇ ਨਹੀਂ ਮਿਲਣੇ ਉਹਨਾਂ ਨੂੰ ਜਿਹੜੇ ਲਿਫਾਫੇ ਉਹਨਾਂ ਕੋਲ ਮਤਲਬ ਯੂ ਹੈਗੇ ਅਥਰਾਈਜ਼ ਹੈ ਉਹ ਚ ਵੀ ਜ਼ਿਆਦਾ ਵੇਟ ਨਹੀਂ ਆਉਂਦਾ ਉਹ ਜਦੀ ਝੱਲ ਨਹੀਂ ਸਕਦਾ ਫਟ ਜਾਂਦਾ ਇਸ ਕਰਕੇ ਆਪਣੇ ਥੈਲੇ ਲਿਆਉਣ ਨਾਲ ਠੀਕ ਹੈ ਮੈਂ ਇੰਸਪੈਕਟਰ ਦਵਿੰਦਰ ਓਲਾ ਨਗਰ ਨਿਗਮ ਚੰਡੀਗੜ੍ਹ ਸੇ ਮਨੀ ਮਾਜਰਾ ਦਾ ਏਰੀਆ ਮੇਰੇ ਪਾਸ ਹੈ ਜੀ ਸਰ ਜੋ ਅੱਜ ਆਪਣੇ ਚਲਾਨ ਕਾਟੇ ਸੋਰੀ ਅਭਿਆਨ ਚਲਾਇਆ ਜੋ ਆਪਣੇ ਜਾਗਰੂਕਤਾ ਅਭਿਆਨ ਪਲਾਸਟਿਕ ਕੋ ਲੈ ਕੇ ਕੂੜੇ ਕੋ ਲੈ ਕੇ ਕੋਟਾ ਜੀ ਬਾਰੇ ਥੋੜਾ ਸਾ ਬਤਾ ਜੀ ਹਮਾਰੇ ਜੋ ਉਪਾਯੁਕਤ ਹੈ ਮੈਡਮ ਔਰ ਜੋ ਹਮਾਰੀ ਮਹਾਪੌਰ ਮੈਡਮ ਹੈ ਉਨਕੇ ਦਿਸ਼ਾ ਨਿਰਦੇਸ਼ ਅਨੁਸਾਰ ਹਮਨੇ ਇਹ ਅਭਿਆਨ ਚਲਾਇਆ ਹੈ ਕਿ ਜੋ ਸਿੰਗਲ ਯੂਜ ਪਲਾਸਟਿਕ ਔਰ ਪੋਲੀਥੀਨ ਕੋ ਸੰਪੂਰਨ ਰੂਪ ਸੇ ਬੈਨ ਕੀਆ ਜਾਏ ਔਰ ਚਾਰ ਪ੍ਰਕਾਰ ਕਾ ਜੋ ਕੂੜਾ ਹੈ ਉਸਕੇ ਬਾਰੇ ਮੇਂ ਲੋਗੋਂ ਕੋ ਜਾ ਜਾ ਕੇ ਸਭੀ ਏਰੀਏ ਮੇਂ ਮੁਹੱਲੇ ਮੇਂ ਜਾ ਜਾ ਕੇ ਅਵੇਅਰ ਕਰ ਰਹੇ ਹੈ ਉਸਕੇ ਰਿਗਾਰਡਿੰਗ ਆਜ ਹਮਾਰੀ ਜੋ ਅਵੇਅਰਨੈਸ ਅਭਿਆਨ ਥਾ ਵੋ ਮੋਟਰ ਮਾਰਕੀਟ ਮੇਂ ਚਲਾਇਆ ਗਿਆ ਵਹਾਂ ਪੇ ਹਮਨੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਕੇ ਲੋਗੋਂ ਕੋ ਇਕੱਠਾ ਕੀਆ ਔਰ ਹੋਟਲਸ ਵਾਲੋ ਕੋ ਇਕੱਠਾ ਕੀਆ ਉਨਕੋ ਬਤਾਇਆ ਗਿਆ ਕਿ ਚਾਰ ਪ੍ਰਕਾਰ ਕੇ ਜੋ ਕੂੜੇ ਹੈ ਗਿੱਲਾ ਸੁੱਕਾ ਰਸਾਇਨਿਕ ਔਰ ਇੱਕ ਇਹ ਜੋ ਸੈਨੇਟਰੀ ਵੇਸਟ ਹੈ ਇਸਕੇ ਬਾਰੇ ਮੇਂ ਉਨਕੋ ਬਤਾਇਆ ਗਿਆ ਕਿ ਸਾਰੀ ਚੀਜ਼ ਆਪ ਅਲੱਗ ਅਲੱਗ ਰੱਖੀਏ ये मिक्स नहीं रखिएगा मिक्स करने पे इसका चलान किया जाएगा इसी प्रकार सिंगल यूज़ प्लास्टिक पहले आपने देखा कि ये चंडीगढ़ में खाली बैन था अब ऑल ओवर इंडिया बैन है इसके ऊपर सख्त निर्देश हैं कि किसी को भी बख्शा नहीं जाएगा जो सिंगल यूज़ प्लास्टिक और पॉलीथिन यूज़ करता पाया गया उसके ऊपर सख्त से सख्त कार्रवाई की जाएगी तो सर इसकी कितने का चला रहा है क्योंकि मैक्सिमम लोग जो फास्ट फूड वाले हैं जी, यूज़ करते हैं जी जैसे अब लोगों की ड्यूटी दिन में होती है तो शाम को ये यूज़ करना शुरू कर देते हैं नहीं अब हमारे ये ऐसा है कि हर टाइम किसी भी टाइम हम छापेमारी कर सकते हैं और चलान करेंगे इसके अभी परसों भी हमने क्षेत्र चलान किए हैं और ये कार्रवाई लगातार जारी रहेगी हर एरिया में इंस्पेक्टर इसके प्रति पूरा जागरूक है और डेली के हम चलान कर रहे हैं वो तो सर इस पर चलान कितने गए क्योंकि लोगों को जागरूकता जी तो उसके बारे में थोड़ा चलान के बारे में थोड़ा जी चलान 5000 से स्टार्ट है जी फिर क्वांटिटी पे डिपेंड करता है कितना माल बरामद किया गया उसके अकॉर्डिंग चलान बढ़ा दिया जा सकता है स्टार्टिंग 5000 से मिनिमम 5000 जो भी गलती करेगा 5000 का चलान तो है ही है और फिर इसमें सजा का भी प्रावधान है और बिजली का कनेक्शन से भी अटैच किया जा सकता है अगर ऑफेंस ज्यादा है तो सर ये जागरूकता अभियान आपका कब तक चलेगा और कब ये चलान काटेंगे ये पिछले 3-4 दिन से लगातार चल रहा है और हफ्ते 10 दिन और चलेगा उसके बाद हम लगातार चलान काटेंगे किसी भी हालत में पोलोथीन या सिंगल यूज प्लास्टिक नहीं यूज किया जाएगा और किसी को इसका उल्लंघन करते पाएगा सर कहाँ अभी हम मॉडर्न हाउसिंग कॉम्प्लेक्स में अपना मनी माजरा का इंस्पेक्टर होने के नाते मनी माजरा का बता सकता हूँ कि मैंने मॉडर्न हाउसिंग कॉम्प्लेक्स डुप्लेक्स और आज हमारा माड़ी वाले टाउन में था और मोटर मार्केट में हमने कराया फ्यूचर में हम बाकी के एरिया में करेंगे पूरे चंडीगढ़ में इस तरह के अभियान अलग अलग इंस्पेक्टर द्वारा किए जा रहे हैं और कूड़े के प्रति और सिंगल यूज प्लास्टिक के प्रति पॉलिथीन के प्रति पूरा जागरूक किया जा रहा है लोगों को धन्यवाद ताज़ा अपडेट्स और बड़ी खबरों के लिए सब्सक्राइब करें आज प्रकाश टीवी और बेल आइकन दबाना न भूलें।